ਤੇ ਰਾਈਟ ਨਾਉ ਜੀ ਹੇਅਰ ਇਜ਼ ਹਰਜੀਤ ਕੌਰ ਮੇਰੇ ਨਾਲ ਨੇ ਜਿਨ੍ਹਾਂ ਦਾ ਕੈਨੇਡਾ ਦਾ ਵੀਜ਼ਾ ਆ ਗਿਆ ਰਾਈਟ ਹਰਜੀਤ ਕੰਗ੍ਰੈਚੁਲੇਸ਼ਨਸ ਬਹੁਤ ਵਧੀਆ ਲੱਗ ਰਿਹਾ ਐਂਡ ਥੈਂਕਸ ਟੂ ਲੈਂਡਮਾਰਕ ਇਮੀਗ੍ਰੇਸ਼ਨ ਜੋ ਮੇਰੀ ਇੰਨੀ ਜ਼ਿਆਦਾ ਹੈਲਪ ਕੀਤੀ ਐਂਡ ਈਵਨ ਮਤਲਬ ਥੈਂਕਸ ਟੂ ਭਾਵਨਾ ਮੈਮ ਸ਼ੀ ਇਜ਼ ਮਾਈ ਸਟਰੈਂਥ ਮਤਲਬ ਲਾਈਕ ਮੈਨੂੰ ਹਰ ਇੱਕ ਏਜੰਟ ਨੇ ਜਲੰਧਰ ਦੇ ਹਰ ਏਜੰਟ ਨੇ ਮੈਨੂੰ ਮਨਾ ਕੀਤਾ ਕਿ ਨਹੀਂ ਤੁਹਾਡਾ ਸਿਕਸ ਪੈਂਸ ਤੇ ਵੀਜ਼ਾ ਨਹੀਂ ਆਏਗਾ ਕਿਉਂਕਿ ਮੇਰਾ ਪੋਸਟ ਗ੍ਰੈਜੂਏਟ ਕੋਰਸ ਸੀਗਾ ਓਕੇ ਐਂਡ ਦੇ ਵਰ ਸੇਇੰਗ ਕਿ ਨੋ ਤੁਹਾਡਾ ਵੀਜ਼ਾ ਨਹੀਂ ਆਏਗਾ ਬਟ ਦ ਲੈਂਡਮਾਰਕ ਇਮੀਗ੍ਰੇਸ਼ਨ ਸੈਡ ਯੈਸ ਯੂ ਕੈਨ ਅਪਲਾਈ ਐਂਡ ਭਾਵਨਾ ਮੈਮ ਨੇ ਮੇਰੀ ਬਹੁਤ ਹੈਲਪ ਕੀਤੀ ਲੈਂਡਮਾਰਕ ਇਮੀਗ੍ਰੇਸ਼ਨ ਨੇ ਮੇਰੀ ਬਹੁਤ ਹੈਲਪ ਕੀਤੀ ਥੈਂਕਸ ਅਲੋਟ ਥੈਂਕਸ ਅਲੋਟ ਸੀਰੀਅਸਲੀ ਸਰ ਹਰਜੀਤ ਕਿੱਥੋਂ ਬਿਲੋਂਗ ਕਰਦੇ ਹੋ ਮੈਮ ਜਲੰਧਰ ਤੋਂ ਜਲੰਧਰ ਤੋਂ ਹੀ ਰਹਿਣ ਵਾਲੇ ਓਕੇ ਸਰ ਤੁਸੀਂ ਗ੍ਰੈਜੂਏਟ ਹੋ ਯੈਸ ਮੈਮ ਵੈਨ ਡਿਡ ਯੂ ਕੰਪਲੀਟ ਦ ਯੂਰ ਗ੍ਰੈਜੂਏਸ਼ਨ ਇਨ 2017 ਪਾਸ ਆਊਟ ਐਂਡ ਕਿਉਂਕਿ ਗ੍ਰੈਜੂਏਸ਼ਨ ਦੇ ਵਿੱਚ ਸਭ ਕਹਿੰਦੇ ਨੇ ਜ਼ਿਆਦਾ IELTS ਦਾ ਸਕੋਰ ਸਟੱਡੀ ਕਰਨੀ ਆ ਬਹੁਤ ਵਧੀਆ ਤਰ੍ਹਾਂ ਮਤਲਬ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਾਉਣਾ ਮੈਂ ਇੱਕ ਸਿੰਗਲ ਡਾਟਰ ਚਾਈਲਡ ਹਾਂ ਆਪਣੇ ਪੇਰੈਂਟਸ ਦੀ ਐਂਡ ਮੇਰਾ ਬਸ ਇਹੀ ਮੋਟਿਵ ਹੈ ਕਿ ਮੈਂ ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਾਂ ਜੀ ਤੇ ਨਾਲ ਮੰਮੀ ਜੀ ਆਏ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੁਬਾਰਕਾਂ ਆ ਗਏ ਥੈਂਕ ਯੂ ਬਹੁਤ ਖੁਸ਼ੀ ਹੈ ਜਾਏ ਕੋਈ ਗੱਲ ਨੀ ਬਹੁਤ ਵਧੀਆ ਲੱਗ ਰਿਹਾ ਬਾਕੀ ਬਹੁਤ ਥੈਂਕਸ ਇਹਨਾਂ ਲੈਂਡਮਾਰਕਾਂ ਭਾਵਨਾ ਮੈਮ ਦਾ ਬਹੁਤ ਥੈਂਕਸ ਜਿਹਨੇ ਸਾਨੂੰ ਇਹਨਾਂ ਆਖਿਆ ਵੀ ਨਹੀਂ ਵੀਜ਼ਾ ਲੱਗੇਗਾ ਬਹੁਤ ਜੈਂਟਾਂ ਨੇ ਆਖਿਆ ਸੀ ਨਹੀਂ ਲੱਗਣਾ ਤੁਸੀਂ ਜਲੰਧਰ ਨਜ਼ਰ ਕੀਤਾ ਹੋਏਗਾ ਹਾਂਜੀ ਹਾਂਜੀ ਜਲੰਧਰ ਸੀ ਚੰਡੀਗੜ੍ਹ ਵੀ ਜਲੰਧਰ ਵੀ ਅੰਮ੍ਰਿਤਸਰ ਵੀ ਵਧੀਆ ਮੈਂ ਡੀਲ ਕੀਤਾ ਵਧੀਆ ਕੀਤਾ ਭਾਵਨਾ ਮੈਂ ਬਹੁਤ ਵਧੀਆ ਡੀਲ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਹਰਜੀਤ ਮੋਸਟਲੀ ਸਟੂਡੈਂਟਸ ਪਲੱਸ ਟੂ ਤੋਂ ਬਾਅਦ ਹੀ ਅਪਲਾਈ ਕਰਦੇ ਨੇ ਚਲੋ ਮੁਬਾਰਕਾਂ ਜੀ ਪਾਸਪੋਰਟ